नमस्कार, मैं हूं आपके साथ सोनिया चौहान। पंजाब की खबरों में आप सभी का स्वागत है। रुख करते हैं खबरों की ओर। पंजाब के हरमंदिर साहिब में एक महिला द्वारा सिख शिष्टाचार के उल्लंघन का मामला सामने आया, जिसे लेकर सिख संगठनों में काफी विरोध हो रहा है। विश्व योग दिवस के अवसर पर दरबार साहिब में एक महिला ने योग किया। शिरोमणि गुरुद्वारा प्रबंधक कमेटी के कर्मचारियों ने भी इस महिला पर ध्यान नहीं दिया, जिसे लेकर सिख संगठनों में विरोध देखा जा रहा है। योग कर रही लड़की के खिलाफ शिरोमणि कमेटी ने शिकायत दर्ज कराई और इसी के साथ लापरवाही बरतने वाले तीन कर्मचारियों पर भी कार्रवाई की गई। जी का खालसा, वाहेगुरु जी की फतेह। सचखंड श्री दरबार साहब, श्री हरिमंदर साहब सिखा दी केंद्र, वो केंद्र बिंदु आ जिथे संगत बड़ी श्रद्धा से सत्कार नमस्कार करने वास्ते आउंदियां ने। बहुत सारिया संगत का यह सुपना हुंदा ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਕਰੀਏ, ਪਰ ਬਹੁਤ ਸਾਰੀਆਂ ਸੰਗਤਾਂ ਦੇ ਇਹ ਜਿਹੜਾ ਸੁਪਨਾ ਪੂਰਾ ਹੋ ਜਾਂਦਾ, ਕਈਆਂ ਦਾ ਇਹ ਅਧੂਰਾ ਰਹਿ ਜਾਂਦਾ। ਸੋ ਕੱਲ੍ਹ ਇੱਕ ਕੈਮਰੇ ਵੇਖਣ 'ਤੇ ਪਾਇਆ ਗਿਆ ਕਿ ਇੱਕ ਬੀਬੀ ਆ ਜਿਹੜੀ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ 6:53 'ਤੇ ਐਂਟਰੀ ਕਰਦੀ ਆ। अगली खबर अमृतसर से है, जहां के जंडियाला गुरुद्वारा गांव के छापा राम सिंह गांव में बीती रात प्लॉट विवाद को लेकर दो पक्षों में झगड़ा हो गया। इस दौरान हरप्रीत सिंह नाम के शख्स को कुछ युवकों ने गोली मार दी, जिससे हरप्रीत सिंह की मौके पर मौत हो गई और मृतक के परिजनों ने बताया कि युवकों के बीच 16 मरला प्लॉट को लेकर विवाद चल रहा था। पीड़ित परिवार न्याय की मांग कर रहा है। ਗੱਲ ਮੇਰਾ ਭਰਾ ਹੀ ਹੈ, ਮਤਲਬ ਫਰੈਂਡ ਸਰਕਲ ਦੇ ਵਿੱਚ ਹੈਗਾ, ਬੜਾ ਪਿਆਰ ਆ ਹਰਪ੍ਰੀਤ ਸਿੰਘ। ਇੱਦਾਂ ਹੀ ਪਲਾਟ ਦਾ ਕੋਈ ਸਾਡਾ ਝਗੜਾ ਚੱਲਦਾ ਸੀ ਕਾਫੀ ਦੇਰ ਦਾ ਹੀ, ਅਤੇ ਉਹਦੇ ਵਿੱਚ ਰਾਜੀਨਾਮਾ ਇਹਨਾਂ ਕੀਤਾ 3-4 ਦਿਨ ਪਹਿਲਾਂ, ਅਤੇ ਬਾਅਦ 'ਚ ਇੱਦਾਂ ਬੁਲਾਇਆ ਵਾ ਧੋਖੇ ਨਾਲ, ਅਤੇ ਬੁਲਾ ਕੇ ਅਤੇ ਮਤਲਬ ਗੋਲੀਆਂ ਮਾਰ ਗਏ। ਭਗਤੂਪੁਰ ਦਾ ਮੁੰਡਾ ਕਾਲਾ, ਭੁਪਿੰਦਰ ਸਿੰਘ ਕਾਲਾ। ਪਲਾਟ ਦਾ ਕੋਈ ਭਾਈ ਝਗੜਾ ਸੀ, ਮਤਲਬ ਪੁਰਾਣੀ ਇਹਦਾ ਰਾਜੀਨਾਮਾ ਹੋ ਗਿਆ 1-2 ਦਿਨ ਪਹਿਲਾਂ, ਇਹਨਾਂ ਨੇ ਬਹਿ ਕੇ ਰਾਜੀਨਾਮਾ ਕੀਤਾ। ਰਾਜੀਨਾਮਾ ਹੋਣ ਦੇ ਬਾਵਜੂਦ ਮਤਲਬ ਇੱਦਾਂ ਬੁਲਾਇਆ ਵਾ ਪਿਆਰ ਨਾਲ, ਬੁਲਾ ਕੇ ਇੱਦਾਂ ਗੋਲੀਆਂ ਮਾਰੀਆਂ। 5-6 ਵਜੇ ਦੇ ਵਿੱਚ ਭਾਈ ਘਰ 'ਤੇ ਸਿਫਟ ਕਰ। ਬਰਨਾਲਾ ਸੰਘੇੜਾ ਰੋਡ ਠੀਕਰੀ ਵਾਲਾ ਚੌਂਕ ਕੇ ਨਜ਼ਦੀਕ ਬਣੀ ਰਾਮ ਰਾਜਾ ਕਾਲੋਨੀ ਕੀ ਕੋਠੀ ਨੰਬਰ 353 ਮੇਂ ਇੱਕ ਪਰਿਵਾਰ ਕੇ 3 ਸਦਸਿਓਂ ਕੀ ਲਾਸ਼ੇ ਬਰਾਮਦ ਹੋਈ ਔਰ ਇਸ ਘਟਨਾ ਮੇਂ ਪੂਰੇ ਇਲਾਕੇ ਮੇਂ ਡਰ ਕਾ ਔਰ ਪੂਰਾ ਇਲਾਕਾ ਸਹਿਮ ਗਿਆ ਹੈ ਔਰ ਸਾਥ ਹੀ ਘਟਨਾ ਸੇ ਪੂਰੀ ਕਾਲੋਨੀ ਮੇਂ ਮਾਤਮ ਕਾ ਮਾਹੌਲ ਛਾ ਗਿਆ ਹੈ ਔਰ ਅਭੀ ਤੱਕ आत्महत्या या हत्या इसका खुलासा नहीं हुआ। फिलहाल जानकारी के मुताबिक बरनाला में अकाली नेता ने अपने मां और बेटी और घर में रखे पालतू कुत्ते को गोली मारी, बाद में खुद को गोली मारकर आत्महत्या कर ली। मौका वारदात को असला बरामद हुआ और साथ ही उसके बारे में पुलिस फिलहाल तशरीफ पुलिस के जारी है। मौके पर थाना सिटी के एक मुखी बलजीत सिंह मौके पर पहुंच गए, फॉरेंसिक टीमों के साथ जांच शुरू कर दी गई।
बठिंडा में गरीब परिवारों को चावल बांटने में बड़ा घोटाला सामने आया। विजिलेंस ब्यूरो ने 1,55,00,000 रुपए के घोटाले का पर्दाफाश किया। 1,138 चावल की बोरियां समेत दो ट्रक को भी जब्त कर लिया गया और इसके अलावा मामले में 3 लोगों को गिरफ्तार किया गया है। और डीएसपी विजिलेंस ने बताया कि भारत सरकार की महंगाई की योजना को लेकर उसमें भारत राइस के टेंडर भटिंडा में हुए थे और जहां सेलर मालिक और ड्राइवर ने मिलकर घोटाला किया। ਮੈਂ ਸੀ ਕਿ ਸਰਕਾਰ ਭਾਰਤ ਸਰਕਾਰ ਨੇ ਕਿ ਭਾਰਤ ਬ੍ਰਾਂਡ ਦੇ ਨਾਂ ਦੇ ਉੱਤੇ ਚਾਵਲਾਂ ਦੀ ਸਪਲਾਈ ਕਰਨੀ ਹੈ। ਚਾਵਲ ਜਿਹੜਾ ਸੀਗਾ ਆਮ ਲੋਕਾਂ ਨੂੰ 69 ਰੁਪਏ ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ ਸਰਕਾਰ ਨੇ ਕੰਟਰੋਲ ਰੇਟ ਤੇ ਵੇਚਿਆ ਗਿਆ ਸੀਗਾ, ਜਿਹਦੇ ਵਿੱਚ ਪੈਕੇਜਿੰਗ ਤੇ ਉਹਦੀ ਪਰਪਰਾਈ ਜਿਹੜੀ ਹੋਣੀ ਸੀ 5 ਤੋਂ 10 ਕਿਲੋ ਦਾ ਬੈਗ ਜਿਹੜਾ ਸੀ ਵੇਚਿਆ ਜਾਣਾ ਸੀ। ਇਹਦੇ ਸੰਬੰਧ ਵਿੱਚ ਸਰਕਾਰ ਨੇ ਟੈਂਡਰ ਕੱਢੇ ਸੀ। ਭਾਰਤ ਸਰਕਾਰ ਵੱਲੋਂ ਜਿਹੜੇ ਟੈਂਡਰ ਸੀਗੇ ਆਪਣੇ ਬਠਿੰਡਾ ਨੂੰ ਕਰੀਬ 70,000 ਜਿਹੜੇ ਹੈਗੇ ਮੈਟ੍ਰਿਕ ਟਨ ਜਿਹੜੀ ਚਾਵਲ ਦੀ ਪੰਡਾ ਉਹ ਅਲਾਟਮੈਂਟ ਹੋਈ ਹੈ, ਜਿਹਦੇ ਵਿੱਚੋਂ 1,000 ਜਿਹੜਾ ਮੈਟ੍ਰਿਕ ਟਨ ਦਾ ਜਿਹੜਾ ਜੈ ਜਲੰਧਰ ਫਰਮ ਹੈਗੀ ਬਠਿੰਡਾ ਕੇ ਗਾਓ ਕਾ ਕਲਿਆਣ ਸੁਖਾ ਮੇ ਗੋਲੀਆਂ ਚਲੀ ਔਰ ਪੂਰਵ ਸਰਪੰਚ ਕੁਲਵਿੰਦਰ ਸਿੰਘ ਕੇ ਪੈਰ ਮੇ ਫਾਇਰਿੰਗ ਕੀ ਗਈ ਔਰ ਸਾਥ ਹੀ ਪੁਰਾਨੀ ਰੰਜਿਸ਼ ਕੇ ਚਲਤੇ ਘਟਨਾ ਕੋ ਅੰਜਾਮ ਦਿਆ ਗਿਆ। ਪ੍ਰਾਥਮਿਕ ਸਹਾਇਤਾ ਦੇਣੇ ਕੇ ਬਾਅਦ ਸਰਕਾਰੀ ਹਸਪਤਾਲ ਨਥਾਨਾ ਸੇ ਬਠਿੰਡਾ ਐਮਰਜੈਂਸੀ ਰੈਫਰ ਕੀਆ ਗਿਆ। ਲੋਗੋ ਕਾ ਕਹਿਣਾ ਹੈ ਕਿ ਗਾਓ ਕਲਿਆਣ ਸੇ ਭਾਗਤਾ ਜਾ ਰਹਾ ਥਾ ਔਰ ਸਾਥ ਹੀ ਪੂਰਵ ਸਰਪੰਚ ਵਿਰੋਧੀ ਧੀਰ ਦੁਆਰਾ ਪਹਿਲੇ ਕਾਰ ਪਰ ਗੋਲੀ ਚਲਾਈ ਔਰ ਫਿਰ ਸਰਪੰਚ ਪਰ ਫਾਇਰ ਕੀਆ ਗਿਆ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਕੇ ਜਾਂਚ ਮੇ ਜੁਟ ਗਈ ਹੈ। ਸਾਡੇ ਕੋਲ ਪੇਸ਼ੈਂਟ ਅਜੇ ਹੁਣੇ ਆਇਆ ਹੈ, ਨਥਾਣੇ ਤੋਂ ਰੈਫਰ ਹੋ ਕੇ ਸਿਵਲ ਹਸਪਤਾਲ ਨਥਾਣੇ ਤੋਂ ਪੇਸ਼ੈਂਟ ਨੂੰ ਮੈਂ ਐਗਜ਼ਾਮਿਨ ਕੀਤਾ ਹੈ। ਲੜਾਈ ਦਾ ਕੇਸ ਹੈ, ਸੱਟਾਂ ਹੈਗੀਆਂ ਕਾਫੀ, ਜਿਹੜੀ ਖੱਬੇ ਗੋਡੇ ਤੇ ਉਹ ਇੱਦਾਂ ਲੱਗ ਰਿਹਾ ਜਿੱਦਾਂ ਗੋਲੀ ਵੱਜੀ ਹੁੰਦੀ ਹੈ, ਕਿਉਂਕਿ ਇੱਕ ਤਾਂ ਉਹਦਾ ਐਂਟਰੀ ਵਾਉਂਦਾ ਇੱਕ ਐਗਜ਼ਿਟ ਵਾਉਂਦਾ ਹੈ, ਤਾਂ ਗੋਲੀ ਲੰਘ ਕੇ ਪਾਰ ਹੋ ਗਈ ਹੁੰਦੀ ਹੈ। ਬਾਕੀ ਅਸੀਂ ਹੁਣ MRI ਵਗੈਰਾ ਕਰਾਵਾਂਗੇ ਗੋਡੇ ਦਾ, ਉਸ ਤੋਂ ਜ਼ਿਆਦਾ ਕਲੀਅਰ ਹੋਊਗਾ। ਹਾਲਾਤ ਵੀ ਇੱਕ ਗੋਲੀ ਲੱਗੀ ਹੈ ਜਾਂ ਦੋ ਲੱਗੀਆਂ? ਦੇਖੋ ਦੇਖਣ ਮੁਤਾਬਿਕ ਜਿਹੜਾ ਇਸ ਟਾਈਮ ਤਾਂ ਇੱਕ ਲੱਗ ਰਹੀ, ਕਿਉਂਕਿ ਇੱਕ ਅੰਦਰ ਨੂੰ ਹੈ ਜ਼ਖਮ, ਇੱਕ ਬਾਹਰ ਨੂੰ ਆ, ਵੀ ਜਿਵੇਂ ਗੋਲੀ ਇੱਕ ਅੰਦਰ ਚਲੀ ਜਾਂਦੀ ਤੇ ਬਾਹਰ ਨਿਕਲ ਜਾਂਦੀ ਹੈ, ਉਸ ਅਕੋਰਡਿੰਗ ਤਾਂ ਇੱਕ ਹੀ ਲੱਗ ਰਹੀ ਹੈ, ਬਾਕੀ ਸਕੈਨ 'ਚ ਜ਼ਿਆਦਾ ਕਲੀਅਰ ਹੋਊਗਾ। ਇਹਨਾਂ ਆਪਣੇ ਭਗਤ ਨੂੰ ਜਾਂਦੇ ਸੀਗੇ, ਉਹਨਾਂ ਨੇ ਜਾਣ ਕੇ ਬਸ ਇਹਨਾਂ ਦੀ ਗੱਡੀ ਤੇ ਹਮਲਾ ਕਰਤਾ, ਫਾਇਰ ਮਾਰੇ ਬਾਰੀ 'ਚ, ਇਹ ਉੱਤਰ ਗਏ ਜਦੋਂ ਨਾ ਮਾਰੋ ਨਾ ਮਾਰੋ ਕਰਦੇ ਰਹੇ, ਪੈਰ 'ਚ ਮਾਰੀ, ਗੋਡੇ 'ਤੇ ਮਾਰੀ, ਗੋਡੇ ਮਾਰ ਡਿੱਗ ਪਿਆ, ਮਗਰੋਂ ਡਾਂਗਾਂ ਮਾਰੀਆਂ, ਹੋਰ ਚੋਟੀਆਂ ਮਾਰੀਆਂ। ਬਸ ਕੁਲਵਿੰਦਰ ਸਿੰਘ ਸਰਪੰਚ ਆ, ਕੇਂਦਰਾ ਸਰਪੰਚ ਆ। ਅੱਛਾ, ਤੇ ਆਪਣਾ ਕੀ ਕਹਿੰਦੇ ਆ, ਕੁਝ ਪਤਾ ਤੁਹਾਨੂੰ ਕਿੰਨੇ ਗਰਾਊਂਡ ਉੱਤੇ ਗੋਲੀ ਗਾਲੀ ਚੱਲੀ? ਉੱਥੇ ਗੋਲੀ ਵਾਵਾ ਚੱਲੀ ਆ। ਅੱਛਾ, ਤੇ ਕਿੰਨੇ ਕਿੰਨੇ ਆਪਣਾ ਲਗੋ? ਹਾਂ, ਸਾਡੇ ਪਹਿਲਾਂ ਹੀ ਮੇਰੇ ਫਾਇਰ ਮਾਰ ਗਏ। ਬਸ ਮੇਰੇ ਅੱਜ ਵੀ ਆਈ ਕਰੇ, ਮੇਰੇ ਮੇਰੇ ਪਾਪਾ ਦਾ ਕਦਰ ਹੋਇਆ ਵਾ ਕਾਫੀ ਚਿਰ ਦੇ, ਮੇਰੇ ਮਗਰ ਲੱਗੇ ਹੋਏ, ਉਹ ਦੂਜੇ ਪਾਰਟੀ ਵੀ ਉਹਨੂੰ ਧੱਕੇ ਨਾਲ ਬਦਮਾਸ਼ ਅੱਗੋਂ ਹੋਇਆ, ਕਈਆਂ ਨੇ ਕਈ ਤਾਂ ਉਹਨਾਂ ਦੇ ਦਰਖਾਸਤਾਂ ਕੱਲ੍ਹ ਦੇ ਅਤੇ ਪਰਸੋਂ ਦੀਆਂ 5-6 ਲੋਕਾਂ ਨੇ ਦਰਖਾਸਤ ਦਿੱਤੀ, ਕਿਸੇ ਦਾ ਪਾਣੀ ਪੜ ਲਿਆ, ਕਿਸੇ ਸਭ ਲੱਪੜ ਮਾਰ ਗਏ, ਕਿਤੇ ਕੁਛ, ਅੱਜ ਮੈਂ ਲੰਘਿਆ ਜਾਂਦਾ ਜੀ, ਕੱਲ੍ਹ ਮੇਰੇ ਜਵਾਕ ਮਗਰ ਪੈ ਗਏ, ਅੱਜ ਮੇਰੇ ਫਿਸਲ ਦੇ ਫਾਇਰ ਹੀ ਛੱਡ ਤੇ। ਮੈਂ ਉੱਤਰ ਕੇ ਗੱਲ ਕਰਨ ਲੱਗ ਗਿਆ, ਮੈਂ ਕਿਹਾ ਮੇਰੀ ਗੱਡੀ 'ਚ ਕਿਉਂ ਫਾਇਰ ਮਾਰਿਆ? ਉਹ ਕਹਿ ਪਏ ਗੱਲ ਕਰੋ ਮਿੱਤਰ ਲੈ, ਅਤੇ ਇਹਦੇ ਪਿੱਛੇ ਦੀ ਆ ਕੇ ਮੇਰੇ ਫਾਇਰ ਛੱਡ ਦਿੱਤੀ ਅਤੇ ਰਾੜਾ ਮਾਰ। ਤੁਸੀਂ ਕੋਈ ਪਹਿਲਾਂ ਕੰਪਲੇਂਟ ਵੀ ਲਿਖਾਈ ਸੀਗੀ? ਨਹੀਂ, ਅੱਜ ਮੈਂ ਨਹੀਂ ਲਿਖਾਈ ਸੀਗੀ, ਉਹ ਹੋਰ ਕਈਆਂ ਦੀਆਂ ਸੀਗੀਆਂ, ਮੈਂ ਤਾਂ ਤੁਰਿਆ ਜਾਂਦਾ ਸੀ ਸਿੱਧਾ। ਫ
फरीदकोट के मचाकी मल सिंह गांव में पिछले दिनों हुआ आपसी विवाद थमने का नाम नहीं ले रहा, जिसे लेकर तमाम संगठनों द्वारा धरना प्रदर्शन जारी है। वहीं आपको बता दें कि पिछले दिनों गांव की दो महिलाओं के बीच बहस हो गई थी, जो बाद में कहा सुनी के बाद हाथापाई में बदल गई और जिसमें दो लोग गंभीर रूप से घायल हो गए थे, जिसके बाद घायलों को अस्पताल में भर्ती कराया गया था और पुलिस ने विभिन्न धाराओं के तहत मामला दर्ज किया गया था और साथ ही अभी तक किसी की गिरफ्तारी नहीं होने से ग्रामीण काफी निराश हैं और मामले में पुलिस की ढिलाई से निराश होकर ग्रामीणों ने इसकी शिकायत बहुजन समाज से की और इस संबंध में पार्टी नेताओं और पूजा संगठनों ने मिलकर दोषियों की गिरफ्तारी की मांग को लेकर थाना सदर में धरना भी विवाद दिया और साथ ही बता दें कि आरोपियों के खिलाफ कार्रवाई नहीं होगी, तब तक धरना जारी रखेंगे और इस संबंध में प्रशासन की ओर से कहा गया कि दोषियों को जल्द पकड़ा जाएगा और 3 दिनों के अंदर कार्रवाई की जाएगी। ਜ਼ਿਲ੍ਹਾ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਫਰੀਦਕੋਟ, ਅਸੀਂ SHO ਸਾਹਿਬ ਨੂੰ ਸਾਰੀ ਟੀਮ ਮਿਲੀ ਹੈ ਜੀ, ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਅਸੀਂ 3 ਦਿਨਾਂ ਦੇ ਵਿੱਚ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਅਤੇ ਜੇਕਰ ਨਾ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਾ ਪੁਲਿਸ ਕੋਈ ਗ੍ਰਿਫਤਾਰ ਕੀਤਾ ਤਾਂ ਅਸੀਂ ਵੱਡੀ ਪੱਧਰ ਤੇ ਇਹ ਸੰਘਰਸ਼ ਕਰਾਂਗੇ। ਬਹੁਜਨ ਸਮਾਜ ਪਾਰਟੀ ਵੱਲੋਂ ਸਾਨੂੰ ਭਾਵੇਂ ਪੰਜਾਬ ਲੈਵਲ ਤੇ ਸੰਘਰਸ਼ ਕਰਨਾ ਪਵੇ ਉੱਥੋਂ ਤੱਕ ਅਸੀਂ ਜਾਵਾਂਗੇ। ਬਲਵੰਤ ਸਿੰਘ ਜੀ, ਮਸਲਾ ਸਰ ਇਹ ਹੋਇਆ ਕਿ ਆਪਣੇ ਪਿੰਡ ਮਚਾਕੀ ਮਲ ਸਿੰਘ ਜੀ, ਮੇਰੀ ਸਿਸਟਰ ਵਿਆਹੀ ਹੋਈ ਹੈ ਜੀ, ਚਲੋ ਆਸ ਨੇ ਲੇਡੀ ਬੋਲੀਆਂ ਦੇ ਨਹੀਂ ਤੇ ਜਿਹੜੇ ਕਿ ਦੋਸ਼ੀ ਹੈਗੇ ਆ ਉਹਨਾਂ ਵੱਲੋਂ ਰਾਤ ਨੂੰ 2:30-3 ਵਜੇ ਸੁੱਤੇ ਪਏ ਸੀਗੇ ਸਿਸਟਰ ਹੋਰੀ ਤੇ ਉਹਨਾਂ ਉੱਪਰ ਅਟੈਕ ਕੀਤਾ ਗਿਆ, ਘਰ ਦੀ ਭੰਨ ਤੋੜ ਕੀਤੀ ਗਈ ਹੈਗੀ ਆ, ਜਿਹੜੀ ਸਿਸਟਰ ਆ ਉਹਦੀ ਦੋ ਥਾਵਾਂ ਤੋਂ ਜਿਹੜੀ ਬਾਂਹ ਟੁੱਟੀ ਹੋਈ ਆ। ਇਹਨਾਂ ਜੀ ਕੋਈ ਲਗਭਗ 13 ਤਰੀਕ ਦੀ ਘਟਨਾ ਪਿੰਡ ਮਚਾਕੀ ਮਲ ਸਿੰਘ ਵਾਲਾ ਦੇ ਵਿੱਚ ਉਹ ਲੇਡੀਜ਼ ਦੀ ਆਪ ਦੇ ਵਿੱਚ ਕਹਾ ਸੁਣੀ ਹੋਈ ਆ, ਉਸ ਤੋਂ ਬਾਅਦ ਇਹਨੇ ਵਿਕਰਾਲ ਰੂਪ ਧਾਰ ਲਿਆ ਜਿਹੜਾ ਲੜਾਈ ਦਾ। ਦੂਜੀ ਧਿਰ ਨੇ ਬੰਦੇ ਬਾਹਰੋਂ ਬੁਲਾ ਕੇ ਕੁਛ ਆਪਦੇ ਬੰਦੇ ਸੀਗੇ ਰਾਤ ਨੂੰ 2:30-3 ਵਜੇ ਅਟੈਕ ਕਰਿਆ ਤੇ ਬਹੁਤ ਬੁਰੀ ਤਰ੍ਹਾਂ ਜਿਹੜਾ ਜ਼ਖਮੀ ਔਰਤਾਂ ਨੂੰ ਘਰਦੀਆਂ ਨੂੰ ਕੀਤਾ ਗਿਆ, ਆਪ ਬਾਈ ਬਲਦੇਵ ਸਿੰਘ ਆ ਉਹਨਾਂ ਦੇ ਬਹੁਤ ਗੰਭੀਰ ਸੱਟਾਂ ਨੇ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਕੁੱਟਿਆ ਗਿਆ, ਮੈਡੀਕਲ ਦੇ ਵਿੱਚ ਦਾਖਲ ਨੇ ਔਰ 13-14 ਤਰੀਕ ਦੀ FIR ਹੋਈ ਵੀ ਆ। 307, 148, 149, 365 ਜਿਹੜੀਆਂ ਧਰਾਵਾਂ ਲਾ ਕੇ, 458 ਵਰਗੀਆਂ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਹੋਇਆ। ਇਹਨਾਂ ਭਜਨ ਪ੍ਰੀਤ ਪਰਿਵਾਰ ਦੋ ਜਣੇ ਹਸਪਤਾਲ 'ਚ ਦਾਖਲ ਹੋਈ ਸੀ, ਇਹਨਾਂ ਦੇ ਆਂਢ ਗੁਆਂਢ ਦੇ ਵਿੱਚ ਲੜਾਈ ਹੋਣ ਨਾਲ ਸੱਟਾਂ ਵੱਜੀਆਂ ਸੀ। ਉਹਦੇ ਸੰਬੰਧੀ ਮੁਕੱਦਮਾ ਨੰਬਰ ਅਸੀਂ ਦਰਜ ਕਰ ਲਿਆ ਸੀ, 83 ਨੰਬਰ ਮੁਕੱਦਮਾ, ਜਿੱਥੇ ਜਿੱਥੇ ਦੋਸ਼ੀਆਂ ਦੀ ਇੰਡੀਕੇਸ਼ਨ ਆਈ ਸੀ ਅਸੀਂ ਉੱਥੇ ਰੇਡ ਮੈਂ ਖੁੱਲ੍ਹ ਕਰਕੇ ਆਇਆ ਸੀ, ਦੀਪ ਸਿੰਘ ਵਾਲਾ ਅਤੇ ਉਦੂ ਵਾਲਾ ਦੋਸ਼ੀਆਂ ਦੇ। ਉਦੋਂ ਬਾਅਦ ਬੰਦ ਆਏ ਫੋਨ, ਉਹਨਾਂ ਦੀ ਇੰਡੀਕੇਸ਼ਨ ਨਿਕਲੀ ਨਹੀਂ ਅਤੇ ਉਹਨਾਂ ਦੇ ਘਰ ਬਾਰ ਬੰਦ ਹੈ ਅਤੇ ਜਲਦੀ ਅਸੀਂ ਫੜਨਾ। ਉਹਨਾਂ ਨੂੰ ਵਿਸ਼ਵਾਸਾਂ ਦੀ ਦਵਾਇਆ ਵੀ ਜਲਦੀ ਅਸੀਂ ਉਹਨਾਂ ਦੇ ਰਿਸ਼ਤੇਦਾਰਾਂ 'ਚ ਸੋਰਸ ਲਗਾ ਕੇ ਫੜ ਲਾਂਗੇ ਜੀ, ਉਹ ਮੰਨ ਗਏ ਇਸ ਕਾਰਨ ਆਉਣ ਨਾਲ ਪਰਿਵਾਰ ਰਹਿੰਦੇ ਆ ਜੀ। ਪਹਿਲਾਂ ਦਾ ਵਰਤਾਵਾ ਸੀ ਬਹੁਤ ਜ਼ਿਆਦਾ ਇੱਕ ਦੂਜੇ ਆਉਣ ਨਾਲ, ਮੁੜ ਕੇ ਇਹਨਾਂ ਦੇ ਉਸੇ ਪਰਿਵਾਰ ਚ ਵਰਤਾਵਾ ਸਿੱਖ ਪੈ ਗਿਆ, ਇਸ ਤੋਂ ਲੜਾਈ ਸ਼ੁਰੂ। ਨਵਾਂ ਸ਼ਹਿਰ ਮੇ ਪਾਂਵ ਫਸਲਨੇ ਕਾਰਨ
सतलुज दरिया में डूबे दो व्यक्तियों की तलाश अभी भी जारी है। वहीं आपको बता दें कि पिछले दिनों सतलुज दरिया में नहाने गए दो नौजवान डूब गए थे और दोनों आपस में मामा भांजा है। और घटना के बाद डीसी नवजोत पाल सिंह रंधावा द्वारा एनडीआरएफ टीमों को भेजा गया और जिसके बाद एनडीआरएफ टीम द्वारा लापता व्यक्तियों की तलाश पिछले तीन दिनों से जारी है। वहीं आपको बता दें कि घटना में शामिल अंश के पिता राजकुमार ने बताया कि वो काम के सिलसिले में कुवैत गए थे और अचानक इस घटना को सुनकर वापस इंडिया आए और साथ ही प्रशासन से मदद की गुहार लगाई गई। और घटना के बारे में डीसी नवजोत पाल सिंह रंधावा ने कहा कि प्रशासन की ओर से पहले से ही आदेश जारी किया गया था कि दरिया और नहरों में नहाने पर पूर्ण तरीके से पाबंदी लगाई गई है। उन्होंने कहा कि यदि कोई दरिया या नहर में नहाता पाया जाता है तो उसके खिलाफ कानूनी कार्रवाई की जाएगी। ਮੁੰਡਾ ਜੀ ਬੜਾ 14 ਸਾਲ ਦਾ ਤੇ ਮੇਰਾ ਸਖਾਲਾ ਜੀ। ਕੀ ਨਾਮ ਸੀ ਉਹਨਾਂ ਦੇ? ਰਮਨ ਤੇ ਅੰਸ਼ ਵਾਲੀਆ। ਤੇ ਹੋਇਆ ਕਿੱਦਾਂ ਇਹ ਜਿਹੜਾ? ਇੱਥੇ ਆਏ ਸੀ ਬਾਬਾ ਜੀ ਮੱਥਾ ਟੇਕਣ ਆਏ ਤੇ ਜੀ, ਬਸ ਉਹਨਾਂ ਦਾ ਚੱਪਲ ਨਹਾਉਣ ਵੜੇ ਜੀ, ਪੈਰ ਸਲਿਪ ਹੋ ਗਿਆ ਜੀ ਤੇ ਮੁੰਡਾ ਮੇਰਾ ਅੱਗੇ ਚਲਾ ਗਿਆ। ਉਹਨੂੰ ਬਚਾਉਣ ਦੇ ਚੱਕਰ ਉਹਨੇ ਮੇਰੇ ਸਾਲੇ ਨੇ ਨਾਲ ਹੀ ਉਹਦੇ ਛਾਲ ਮਾਰਤੀ ਉਹਨੂੰ ਬਚਾਉਣ ਦੇ ਚੱਕਰ। ਹੁਣ ਦੋ ਦਿਨ ਹੋ ਗਏ ਮਿਲੇ ਨਹੀਂ ਸਾਨੂੰ, ਗੌਰਮੈਂਟ ਤੋਂ ਟੀਮ ਆਈ ਹੈ ਜੀ, ਉਹ ਸਰਚ ਕਰ ਰਹੀ ਹੈ ਜੀ। ਸਾਨੂੰ ਪ੍ਰਸ਼ਾਸਨ ਵੱਲ ਤੋਂ ਮਤਲਬ ਫੁੱਲ ਸਪੋਰਟ ਮਿਲੀ ਹੈ ਜੀ। ਕਿੰਨਵਾਂ ਦਿਨ ਆ ਜੀ? ਅੱਜ ਦੂਸਰਾ ਦਿਨ ਹੈ ਜੀ ਅੱਜ। फगवाड़ा में बीती रात ढाबे पर शराब पीने से जब मना किया तो युवकों ने ढाबे में तोड़फोड़ की और ये सारी घटना सीसीटीवी कैमरे में कैद हो गई, जिसमें साफ देखा जा रहा है कि किस तरीके से नौजवान तोड़फोड़ कर रहे हैं। और इस मामले में ज्यादा जानकारी देते हुए ढाबे के मालिक ने बताया कि कुछ युवक रात को आए और शराब पीने के लिए कहने लगे तो उन्हें कहा कि ये फैमिली रेस्टोरेंट है, यहाँ इसके बाद से पहले लोग चले गए और साथ ही वापस आकर ढाबे में तोड़फोड़ करते हैं। ਉੱਥੇ ਜਾਂਦਾ ਕਰਮਜੀਤ ਸਿੰਘ ਨਾਂ ਦਾ, ਸਨ ਆਫ ਹਰਦਿਆਲ ਸਿੰਘ, ਭੋਜੀਆਂ ਪਿੰਡ ਦਾ ਤੇ ਬਾਬਾ ਚੱਲਣ ਦੀ ਪੱਤੀ ਹੈ ਜੀ, ਉੱਥੋਂ ਦੇ ਰਹਿਣ ਵਾਲਾ ਹੈ। ਉਹਦੇ ਵੈਸੇ ਤੇ ਅੰਮ੍ਰਿਤਧਾਰੀ ਪਰਿਵਾਰ ਸੀ ਸਾਰਾ, ਤੇ ਉਹਦੇ ਫਾਦਰ ਹੀ ਚੜ੍ਹਾ ਕੇ ਆਏ, ਕਹਿੰਦੇ ਲੰਗਰ ਹਾਲ 'ਚ ਸੇਵਾ ਵੀ ਪਹਿਲੋਂ ਕਿਤੇ ਕਰਦਾ ਸੀ 10-15 ਸਾਲ ਤੋਂ। ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਅਤੇ ਜਿਹੜੀ ਮੰਦਭਾਗੀ ਘਟਨਾ ਨੇ ਕੀਤੀ। ਦਰਬਾਰ ਦੇ ਵਿੱਚ ਗੁਟਕਾ ਸਾਹਿਬ ਲੈ ਕੇ ਪਾਠ ਕਰਨ ਕਰ ਮੁੜ ਕੇ ਵਿੱਚੋਂ ਅੰਗ ਖਿੱਚਦੇ ਨਿਤਨੇਮ ਗੁੜਕੇ ਦੇ। ਕਿੰਨੇ ਸਾਲ ਦੇ ਬੱਚੇ? ਕੋਈ ਮੰਨ ਕੇ ਚੱਲੀਏ ਤਾਂ 134 ਤੋਂ ਲੈ ਕੇ 174 ਤੱਕ, 131 ਤੋਂ ਲੈ ਕੇ 174 ਤੱਕ ਕੀਤੀ। ਅੱਛਾ ਜੀ, ਅੱਜ ਤਕਰੀਬਨ 9:15 ਦੇ ਇੱਕ ਕਰਮਜੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਉਹ ਅੰਦਰ ਆਉਂਦਾ, ਇਹਦੇ ਬਾਪ ਦਾ ਨਾਂ ਸਰਦਾਰ ਗੁਰਦਿਆਲ ਸਿੰਘ ਆ ਅਤੇ ਪਿੱਛੋਂ ਭੋਜੀਆਂ ਦੇ ਰਹਿਣ ਵਾਲੇ ਆ ਅਤੇ ਇਸ ਵਕਤ ਭਗਤ ਜਲਨ ਦਾਸ ਕਲੋਨੀ ਦੇ ਵਿੱਚ ਰਹਿੰਦੇ ਚਬਾਲ। ਇਹਦੇ ਬਾਰੇ ਦੱਸਿਆ ਜਾਂਦਾ, ਕਿਉਂਕਿ ਮੈਨੂੰ ਤਾਂ ਪਤਾ ਨਹੀਂ, ਕਹਿੰਦੇ ਵੀ ਇਹ ਪਹਿਲਾਂ ਵੀ ਆਉਂਦਾ ਸੀ ਅਤੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ ਲੰਮੇ ਸਮੇਂ ਤੋਂ ਆਉਂਦਾ ਸੀ, ਪਰ ਅੱਜ ਜਦੋਂ ਇਹ ਅੰਦਰ ਆਇਆ ਦਰਬਾਰ ਦੇ ਅੰਦਰ ਅਤੇ ਇਹਨੇ ਆਉਂਦਿਆਂ ਸਾਰ ਅਲਮਾਰੀ ਦੇ ਵਿੱਚੋਂ ਗੁਟਕਾ ਸਾਹਿਬ ਲਿਆ, ਗੁਟਕਾ ਸਾਹਿਬ ਲੈ ਕੇ ਉਹਦੇ ਵਿੱਚੋਂ ਜਿਸ ਤਰ੍ਹਾਂ ਆਪਾਂ ਕਹਿ ਲਈਏ ਵੀ ਅਰਦਾਸ ਰਹਿਰਾ ਸਾਹਿਬ। ਤਰਨ ਤਾਰਨ ਜ਼ਿਲ੍ਹੇ ਕੇ
ठठा गांव में स्थित मांझे के पास तीर्थ स्थल गुरुद्वारा बीर बाबा बुड्ढा साहिब में गुटका साहिब के बेअदबी का मामला सामने आया। बताया जा रहा है कि एक दिव्यांग व्यक्ति ने गुरुद्वारा में घुसकर अलमारी के निट्टो नेम में गुटका साहिब निकाल लिया और साथ ही अंग फाड़ दिए, और जिसके बाद उक्त व्यक्ति ने संगत शिरोमणि कर्मचारियों से तुरंत उसको गिरफ्तार कर थाना जवाल के हवाले कर दिया। तो वहीं थाना प्रमुख जस्सा सिंह ने बताया कि मामले के जांच फिलहाल शुरू कर दी गई है। केंद्रीय वित्त मंत्री निर्मला सीतारमण ने भारत मंडपम में राज्यों और केंद्र शासित प्रदेशों के वित्त मंत्रियों के साथ बजट और पूर्व बैठक की अध्यक्षता की, और साथ ही ये बैठक वित्त और कॉरपोरेटिव मामलों में मंत्रालय द्वारा सभी राज्यों और केंद्र शासित प्रदेशों के वित्त मंत्रियों और अन्य हितधारकों के साथ आगामी केंद्रीय बजट के लिए सुझाव लेने के लिए आयोजित की गई। इसी के दौरान केंद्रीय वित्त मंत्री निर्मला सीतारमण से पंजाब के वित्त मंत्री हरपाल सिंह चीमा ने बातचीत की। चलिए बढ़ते हैं अगली खबर की ओर। कैबिनेट मंत्री अनमोल गगन मान विवाह के बाद अपने ससुराल परिवार पति के साथ सिखों के चौथे तख्त श्री दमदमा साहिब पहुंची, जहां तख्त साहिब के मैनेजर रणजीत सिंह ने उन्हें तख्त साहिब के इतिहास से अवगत कराया। मैनेजर ने तख्त साहिब में संगतों से आ रही समस्याओं संबंधी भी अवगत कराया और तख्त साहिब में टूरिज्म को बढ़ावा देने की भी मांग रखी गई। जिले के ड्रग इंस्पेक्टर शीशन मित्तल की शिकायत पर पुलिस ने बड़ी कार्रवाई करते हुए शहर में नशीली दवाएं सप्लाई करने वाले युवक की बाइक से लाखों रुपए की ड्रग मनी और सैकड़ों नशीली गोलियां बरामद की हैं, जबकि युवक अभी भी पुलिस की गिरफ्त से बाहर है और पुलिस ने युवक के खिलाफ एनडीपीएस एक्ट के तहत मामला दर्ज कर लिया है। ਜੀ ਸਾਰਿਆਂ ਨੂੰ ਮੈਂ ਇਸ ਪ੍ਰੈਸ ਕਾਨਫਰੰਸ ਰਾਹੀਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਵੇਂ ਪੰਜਾਬ ਸਰਕਾਰ ਵੱਲੋਂ ਜਿਹੜੀ ਲਗਾਤਾਰ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ, ਇਸ ਦੇ ਅਧੀਨ ਹੀ ਮਾਨਯੋਗ ਡੀ ਜੀ ਪੀ ਪੰਜਾਬ ਅਤੇ ਸਾਡੇ ਐਸ ਐਸ ਪੀ ਡਾਕਟਰ ਪ੍ਰਗਿਆ ਜੈਨ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ਾ ਵਿਰੁੱਧ ਜਿਹੜੀਆਂ ਹੈਗੀਆਂ ਕਾਰਵਾਈ ਜਿਹੜੀ ਹੈਗੀ ਹੈ ਉਹਦੇ ਖਿਲਾਫ ਬੜੀ ਸਖ਼ਤ ਕੀਤੀ ਗਈ ਹੈ। ਇਸ ਦੇ ਵਿੱਚ ਹੀ ਕੱਲ੍ਹ ਆਪਰੇਸ਼ਨ ਈਗਲ ਫੋਰ ਜਿਹੜਾ ਹੈ ਚਲਾਇਆ ਗਿਆ ਸੀ। ਈਗਲ ਫੋਰ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਜਿਹੜਾ ਹੈਗਾ ਰੇਡਸ ਕੰਡਕਟ ਕੀਤੀਆਂ ਗਈਆਂ ਸੀ। ਇਹਦੇ ਵਿੱਚ ਹੀ ਸਾਡੀ ਪੁਲਿਸ ਸਟੇਸ਼ਨ ਸਿਟੀ 2 ਦੀ ਟੀਮ ਵੱਲੋਂ ਇੱਕ ਇਨਫੋਰਮੇਸ਼ਨ ਦੇ ਆਧਾਰ 'ਤੇ ਜਿਹੜੀ ਹੈਗੀ ਆ ਰੇਡ ਕੀਤੀ ਗਈ ਆਰਿਆ ਨਗਰ ਦੇ ਵਿੱਚ ਹੀ। अमृतसर का हरजोत मर्चेंट नेवी में तैनात है और जिसके लापता होने की खबर सामने आई है, जिसको लेकर पंजाब के कैबिनेट मंत्री कुलदीप सिंह धालीवाल परिवार से मिलने पहुंचे। हरजोत सिंह करीब 9 साल से मर्चेंट नेवी में कार्यरत थे और हरजोत सिंह के पिता ने बताया कि उनका बेटा 9 साल में मर्चेंट नेवी में नौकरी कर रहा था और साथ ही कुलदीप सिंह
धालेवाल ने कहा कि वो परिवार को न्याय दिलाने आए हैं और पंजाब सरकार की ओर से वहां के शिपिंग मंत्रालय से बात करेंगे और परिवार को पूरा समर्थन देंगे। मेरा तो मामला है कि मेरी छपत्री जांच कराई जाए, मैनू की चाहिए है, मंत्री तो उन्हें कहा कि मेरी जांच कराओ, मेरे बच्चे की जड़ा इतनी मेहनत करके इतना अफसर बनिया, कोई बंदा नहीं, बहुत मुश्किल होता इन्ना पहुंचना सानू, हूँ उन्हें अफसर बनना ही, चीफ अफसर बनना ही, आ गए पढ़ाई करनी, पढ़ाई के इंटेलीजेंट सी, एक बार फेल नहीं हुआ, जिन्हें मेरे टच किए सारे पास करता है, किन्ने कोर्स किए, हर एक चंगे नंबर पास किए, उन्हें की कह सकते हैं। मेरी मेरी 16 तरीक गल हुई है जी, वो 5-6 बजे ना अद्धा पौना मिनटा कर, बड़े खुशी का माहौल सी साडा, बड़े प्यार ना, मैं डैडी 13 तरीक मेरी पै गई है तो मैं 13 ने छुट्टी पाती है, छुट्टी पा दे तो छुट्टी के बाद इन्ने महीने महीने तो बाद आना, बहुत ही बहुत ही दुखदाई इस वे अमृतसर के दखनी हल्के सुल्तान डेरिए साडा एक नौजवान तेजपाल जिहड़ा नेवी दे विच मिलिटेंट नेवी दे विच बहुत ही सीनियर अफसर सीगा, उदो 16 तरीक का रात 12 बजे का जिहड़ा वो लापता, और अजे तक उन्होंने डैड मेरे नाल अजे तक वह पता नहीं लगा कि वह लापता किदा हो गया। इन्हां नूं सिर्फ जिहड़ा मर्चेंट नेवी दे हेडक्वार्टर तो ही। अगली खबर अमृतसर के जंडियाला गुरुद्वारा गांव के छापा राम गांव की है, जहां पर बता दें कि प्लाट विवाद को लेकर हत्या का मामला सामने आया। जानकारी के अनुसार बीती रात प्लाट विवाद को लेकर दो पक्षों में झगड़ा हो गया और इस दौरान हरप्रीत सिंह नाम के शख्स को कुछ युवकों ने गोली मार दी और साथ ही उनकी मौके पर मौत हो गई और मृतक युवक का अमृतसर के सिविल अस्पताल में पोस्टमार्टम किया गया। घटना के संबंध में परिजनों ने बताया कि युवक के बीच 16 मरला प्लॉट को लेकर विवाद चल रहा था और पहले उन्होंने राजीनामा कर भी लिया था, लेकिन कल रात 4 से 5 लोग मौके पर पहुंचे और हरप्रीत सिंह पर गोलियां चला दी। मामले को लेकर मृतक के परिवारजनों ने दोषियों पर सख्त से सख्त कार्रवाई कर न्याय की मांग की है और वहीं मौके पर पहुंचे पुलिस अधिकारियों का कहना है कि घटना को लेकर 6 से 7 लोगों के खिलाफ मामला दर्ज किया है, जिनमें से 2 लोगों को गिरफ्तार कर लिया गया है। गिरफ्तार किए गए लोगों पर भी पहले से कई आपराधिक मामले दर्ज हैं। गल मेरा भाई है, मतलब फ्रेंड सर्कल दे विच हैगा, मेरा बड़ा प्यार है हरप्रीत सिंह। ਇੱਦਾਂ ਪਲਾਟ ਦਾ ਕੋਈ ਸਾਡਾ ਝਗੜਾ ਚੱਲਦਾ ਸੀ ਕਾਫੀ ਦੇਰ ਦਾ ਹੀ, ਉਹਦੇ ਵਿੱਚ ਰਾਜੀਨਾਮਾ ਇਹਨਾਂ ਕੀਤਾ 3-4 ਦਿਨ ਪਹਿਲਾਂ, ਅਤੇ ਬਾਅਦ 'ਚ ਇੱਦਾਂ ਬੁਲਾਇਆ ਵਾ ਧੋਖੇ ਨਾਲ, ਅਤੇ ਬੁਲਾ ਕੇ ਅਤੇ ਮਤਲਬ ਗੋਲੀਆਂ ਮਾਰ ਗਏ। ਭਗਤੂਪੁਰ ਦਾ ਮੁੰਡਾ ਕਾਲਾ ਭੁਪਿੰਦਰ ਸਿੰਘ ਕਾਲਾ। ਪਲਾਟ ਦਾ ਕੋਈ ਭਾਈ ਝਗੜਾ ਸੀ, ਮਤਲਬ ਪੁਰਾਣੀ ਇਹਦਾ ਰਾਜੀਨਾਮਾ ਹੋ ਗਿਆ ਥੋੜ੍ਹੇ ਦਿਨ ਪਹਿਲਾਂ, ਇਹਨਾਂ ਨੇ ਬਹਿ ਕੇ ਰਾਜੀਨਾਮਾ ਕੀਤਾ, ਰਾਜੀਨਾਮਾ ਹੋਣ ਦੇ ਬਾਵਜੂਦ ਮਤਲਬ ਇੱਦਾਂ ਬੁਲਾਇਆ ਵਾ ਪਿਆਰ ਨਾਲ, ਬੁਲਾ ਕੇ ਅਤੇ ਇੱਦਾਂ ਗੋਲੀਆਂ ਮਾਰੀਆਂ। 5-6 ਵਜੇ ਦੇ ਵਿੱਚ ਘਰ ਦੇ ਸਿਫਟ ਕਰ।
फिलहाल इस बुलेटिन में इतना ही, ज्यादा खबरों के लिए बने रहिए हमारे साथ, नमस्कार।